ਦੇਖੋ ਖੁੱਲੀ ਬਹਿਸ ਹੋਣੀ ਚਾਹੀਦੀ ਆ, ਇਹ ਬਹੁਤ ਮਹੱਤਵਪੂਰਨ ਮਸਲਾ, ਇਹਦੇ ਵਿੱਚ ਖੁੱਲੀ ਬਹਿਸ ਹੋਣੀ ਚਾਹੀਦੀ ਆ, ਟਾਈਮ ਪੂਰਾ ਦੇਣਾ ਚਾਹੀਦਾ ਸਾਰੇ ਮੈਂਬਰਸ ਨੂੰ। ਤੇ ਦੂਸਰੀ ਗੱਲ, ਜੋ ਇਹ ਐਕਸ਼ਨ ਟੇਕਨ ਰਿਪੋਰਟ ਤੋਂ ਲੱਗ ਰਿਹਾ ਕਿ ਸਰਕਾਰ ਬੜੀ ਕੰਨੀ ਕਤਰਾ ਰਹੀ ਆ, ਜੋ ਮੁੱਖ ਮੁਲਜ਼ਮ ਨੇ ਉਹਨਾਂ ਨੂੰ ਸਰਕਾਰ ਨੇ ਛੱਡਿਆ ਵਾ, ਛੋਟੀਆਂ ਛੋਟੀਆਂ ਮੱਛੀਆਂ ਨੂੰ ਫੜਿਆ ਤੇ ਜੋ ਵੱਡੇ ਮਗਰਮੱਛਾਂ ਉਹਨਾਂ ਨੂੰ ਛੱਡਿਆ ਵਾ। ਇਹ ਰਿਪੋਰਟ ਦੇ ਵਿੱਚ DGP ਦਾ ਸਮੇਤ ਸਿੰਘ ਸੈਣੀ ਦਾ ਨਾਮ ਆ, ਉਹਦੇ ਅਗੇਂਸਟ ਕੇਸ ਨਹੀਂ ਚਲਾਇਆ। ਇਹ ਰਿਪੋਰਟ ਦੇ ਵਿੱਚ ਉਦੋਂ ਦੇ ਮੁੱਖ ਮੰਤਰੀ ਦਾ ਨਾਮ ਵੀ ਆ, ਉਹਦੇ 'ਤੇ ਵੀ ਕੇਸ ਨਹੀਂ ਚਲਾਇਆ। ਇਹ ਰਿਪੋਰਟ ਦੇ ਵਿੱਚ ਡੇਰਾ ਤੋਂ ਡੇਰਾ ਦੇ ਵਿੱਚ ਤੋਂ ਡੇਰਾ ਮੁਖੀ ਦਾ ਵੀ ਨਾਮ ਆ, ਉਹ 'ਤੇ ਵੀ ਕੇਸ ਨਹੀਂ ਚਲਾਇਆ। ਇਹ ਲੱਗਦਾ ਕਿ ਐਕਸ਼ਨ ਟੇਕਨ ਰਿਪੋਰਟ ਵਿੱਚ ਲੋਪਾਪੇਚੀ ਕੀਤੀ ਹੋਈ ਆ। ਇਹ ਛੋਟੀਆਂ ਛੋਟੀਆਂ ਮੱਛੀਆਂ ਨੂੰ ਫੜਿਆ ਅਤੇ ਮਗਰ ਮੱਛਾਂ ਨੂੰ ਇਹਨਾਂ ਨੇ ਛੱਡ ਦਿੱਤਾ, ਅੱਜ ਅਸੀਂ ਸਰਕਾਰ 'ਤੇ ਦਬਾਅ ਪਾਵਾਂਗੇ। ਦੂਜੀ ਗੱਲ, ਇਹ CBI ਦਾ ਕੋਈ ਮਤਲਬ ਨਹੀਂ, ਇਹ ਪੰਜਾਬ ਸਰਕਾਰ ਆਪ ਖੁਦ ਹੀ ਇਹ ਕਰੇ, ਪੰਜਾਬ ਪੁਲਿਸ ਤੋਂ ਕਰਾਵੇ, SIT ਨੂੰ ਦੇ ਕੇ 3 ਮਹੀਨੇ ਦੇ ਵਿੱਚ ਇਨਵੈਸਟੀਗੇਸ਼ਨ ਖਤਮ ਕਰਾਵੇ ਅਤੇ ਖਤਮ ਕਰਾ ਕੇ ਇਨਵੈਸਟੀਗੇਸ਼ਨ ਅਤੇ ਇਹਨੂੰ ਇਹਨਾਂ ਨੂੰ ਮੁਲਜ਼ਮਾਂ ਨੂੰ ਸਜ਼ਾ ਦਵਾਵੇ। ਸਰ, ਅਗਰ ਬਾਤ ਕਰੇ ਅਕਾਲੀ ਦਲ ਜਿਸ ਤਰ੍ਹਾਂ ਸੇ ਬੜੇ ਆਫੈਂਸਿਵ ਡਿਫੈਂਸਿਵ ਉਸਮੇ ਦਿਖ ਰਹੇ ਹੋ, ਆਪ ਕਿਸ ਤਰ੍ਹਾਂ ਦੇ ਦੇਖ ਰਹੇ ਹੋ? ਦੇਖੋ, ਅਕਾਲੀ ਦਲ ਦਾ ਬਹੁਤ ਜੋ ਰੋਲ ਇਹਦੇ ਵਿੱਚ ਕਮਿਸ਼ਨ ਦੀ ਰਿਪੋਰਟ ਵਿੱਚ ਆਇਆ, ਜਿਵੇਂ ਜਿਵੇਂ ਰਾਤ ਨੂੰ 2-2 ਵਜੇ ਫੋਨ ਕੀਤੇ ਔਰ ਉਹ ਫੋਨ ਕਰਨ ਤੋਂ ਬਾਅਦ ਮੁੱਖ ਮੰਤਰੀ ਦੇ ਖੁਦ ਫੋਨ ਕਰਨ ਤੋਂ ਬਾਅਦ ਉੱਥੇ ਗੋਲੀ ਚਲਾਈ ਗਈ, ਉੱਥੇ ਜ਼ਬਰਦਸਤੀ ਧੱਕਾ ਲੱਗ ਕੀਤਾ ਗਿਆ, ਕੋਈ ਰੂਲ ਜੋ ਫੋਲੋ ਨਹੀਂ ਕੀਤਾ। ਪੁਲਿਸ ਜੇਕਰ ਪੁਲਿਸ ਪੂਰੀ ਤਰ੍ਹਾਂ ਕਾਨੂੰਨ ਫੋਲੋ ਕਰਕੇ ਪ੍ਰੋਸੀਜਰ ਫੋਲੋ ਕਰਕੇ ਗੋਲੀ ਚਲਾਏ ਤਾਂ ਉਹ ਹੋਰ ਗੱਲ ਆ, ਜੇਕਰ ਪੁਲਿਸ ਪ੍ਰੋਸੀਜਰ ਨਾ ਫੋਲੋ ਕਰੇ ਤਾਂ ਪੁਲਿਸ ਦਾ ਗੋਲੀ ਚਲਾਉਣਾ ਅਤੇ ਕਿਸੇ ਦੂਜੇ ਬੰਦੇ ਦਾ ਗੋਲੀ ਚਲਾਉਣਾ ਸੇਮ ਚੀਜ਼ ਆ, ਤਾਂ ਉਹ ਵੀ ਮਰਡਰ ਆ। ਉਹ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨ ਦੇ ਬਹਾਨੇ ਨਹੀਂ ਕਰ ਸਕਦੇ। ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਕੰਟਰੋਲ ਕਰਨਾ ਅਤੇ ਉਹਨਾਂ ਨੂੰ ਇੱਕ ਪ੍ਰੋਸੀਜਰ ਫੋਲੋ ਕਰਨਾ ਪਵੇਗਾ। ਅਤੇ ਇਹ ਕਮਿਸ਼ਨ ਦੀ ਰਿਪੋਰਟ ਵਿੱਚ ਸਾਫ਼ ਲਿਖਿਆ ਕਿ ਉਹ ਪ੍ਰੋਸੀਜਰ ਪੁਲਿਸ ਨੇ ਫੋਲੋ ਨਹੀਂ ਕੀਤਾ, ਇਸ ਕਰਕੇ ਇਹ ਜਿਹੜੇ ਬਿਲਕੁਲ ਇਹ ਕਤਲ ਆ ਅਤੇ ਇਹ ਜਿਨ੍ਹਾਂ ਦੇ ਗੋਲੀਬਾਰੀ ਆ ਉਹ ਇਰਾਦਾ ਕਤਲ 307 ਦਾ ਕੇਸ ਬਿਲਕੁਲ ਬਣਦਾ ਅਤੇ ਉਹ ਕੇਸ ਨਾਲ ਦੀ ਨਾਲ DGP ਸਮੇਤ ਸਿੰਘ ਸੈਣੀ ਅਤੇ ਮੁੱਖ ਮੰਤਰੀ ਜੀ ਦੇ ਹੁਕਮਾਂ 'ਤੇ ਕੀਤਾ ਅਤੇ ਨਾਲ ਦੀ ਨਾਲ ਹੀ ਜਿਹੜਾ ਬੇਅਦਬੀ ਦੇ ਵਿੱਚ ਜੋ ਡੇਰਾ ਮੁਖੀ ਜਿਹਦੀ ਸਾਰੀ ਦੀ ਸਾਰੀ ਟੀਮ ਉੱਥੋਂ ਦੀ ਲੱਗੀ ਹੋਈ ਸੀ, ਇਹ ਬੇਅਦਬੀ ਦੇ ਵਿੱਚ ਉਹਦੇ 'ਤੇ ਵੀ ਨਾਲ ਕੇਸ ਦਰਜ ਹੋਣਾ ਚਾਹੀਦਾ।